ਸਰਦਾਰ ਉਜਾਗਰ ਸਿੰਘ ਜੀ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਸਮਾਜ ਕਦੇ ਵੀ ਨਹੀਂ ਭੁੱਲ ਸਕਦਾ। ਆਪ ਜੀ ਬਹੁਤ ਹੀ ਸ਼ਾਂਤ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅੱਜ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ ਅਤੇ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਹਨ। ਆਪ ਜੀ ਦੇ ਬੱਚੇ ਸਭਨਾਂ ਨਾਲ ਸੱਚੀ ਹਮਦਰਦੀ ਰੱਖਣ ਵਾਲੇ ਇਨਸਾਨ ਹਨ। ਸਰਦਾਰ ਉਜਾਗਰ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪਿੰਡ ਝੋਰੜਾਂ ਤਹਿਸੀਲ ਰਾਏਕੋਟ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰਾਇਮਰੀ ਵਿਦਿਆ ਇੱਥੋਂ ਪ੍ਰਾਪਤ ਕਰਨ ਤੋਂ ਬਾਅਦ ਅਗਲੀ ਦਸਵੀਂ ਤੱਕ ਦੀ ਵਿਦਿਆ ਉਹਨਾਂ ਨੇ ਖਾਲਸਾ ਹਾਈ ਸਕੂਲ ਨੱਥੋਵਾਲ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਨਾਲ ਸੰਬੰਧਿਤ ਡਿਪਲੋਮਾ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਸਰਵਿਸ ਸ਼ੁਰੂ ਕੀਤੀ। ਸਰਵਿਸ ਦੌਰਾਨ ਸਰਵਿਸ ਵੀ ਕਰਦੇ ਰਹੇ
ਪਿੰਡ ਵਿੱਚ ਵੀ ਵਿਚਰਦੇ ਰਹੇ। ਸੋ 30 ਸਤੰਬਰ 8 ਨੂੰ ਉਹ ਇੱਥੋਂ ਸਰਬਤ ਤੋਂ ਰਿਟਾਇਰ ਹੋ ਕੇ ਸਾਡੇ ਦਰਮਿਆਨ ਸਦਾ ਵਾਸਤੇ ਇੱਥੇ ਰਹਿਣ ਲੱਗੇ। ਪਰਿਵਾਰ ਇੱਕ ਲੜਕਾ ਗਗਨਦੀਪ ਸਿੰਘ, ਬੇਟੀ ਗੁਰਵਿੰਦਰ ਕੌਰ, ਇਹਨਾਂ ਦੀ ਪਾਲਣਾ ਪੋਸ਼ਣਾ ਕਰਕੇ ਇਹਨਾਂ ਨੂੰ ਯੋਗ ਵਿੱਦਿਆ ਦਿੱਤੀ। ਬੇਟੀ ਆਪਣੇ ਘਰ ਹੈ, ਬੇਟੇ ਨੂੰ ਉਚੇਰੀ ਵਿੱਦਿਆ ਦਿਵਾਉਣ ਤੋਂ ਬਾਅਦ ਆਸਟ੍ਰੇਲੀਆ ਸੈੱਟ ਕੀਤਾ। ਸੋ ਉਸ ਸਮੇਂ ਦੌਰਾਨ ਜਦ ਵੀ ਬੇਟਾ ਯਾਦ ਕਰਦਾ ਤਾਂ ਆਪਣੀ ਪਤਨੀ ਕੁਲਵੰਤ ਕੌਰ ਨੂੰ ਨਾਲ ਲੈ ਕੇ ਆਸਟ੍ਰੇਲੀਆ ਯਾਦ ਕਰਦੇ, ਔਰ ਜਦ ਵਾਪਸ ਆਉਂਦੇ ਤਾਂ ਇੱਥੇ ਜਿਤਨੇ ਵੀ ਪਿੰਡ ਸੰਬੰਧੀ ਸਮਾਜਿਕ ਕੰਮ ਹੋਇਆ ਕਰਦੇ ਸੀ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ। ਖਾਸ ਤੌਰ 'ਤੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਪੰਜਾਬ ਦੇ ਵਿੱਚ ਕਾਫੀ ਲਹਿਰ ਉੱਠੀ ਸੀ ਟੂਰਨਾਮੈਂਟਾਂ ਲਈ। ਕਬੱਡੀ ਖੇਡਣ ਵਾਲੇ ਨੌਜਵਾਨਾਂ ਲਈ ਉਹਨਾਂ ਨੂੰ ਉਤਸ਼ਾਹ ਬੋਧ ਕਰਨ ਵਾਸਤੇ ਉਹਨਾਂ ਦੇ ਵੱਡੇ ਵੱਡੇ ਇਨਾਮ ਵੀ ਆਪਣੇ ਇਲਾਕੇ ਦੇ ਵਿੱਚ ਪਿੰਡ ਵਿੱਚ ਵੱਧ ਤੋਂ ਵੱਧ ਦਿੱਤੇ। ਉਹਨਾਂ ਦੇ ਜੀਵਨ ਦੇ ਬਾਰੇ ਜਿੰਨਾ ਕੁ ਮੈਂ ਉਹਨਾਂ ਦੇ ਨੇੜੇ ਰਿਹਾ ਮੈਨੂੰ ਪਤਾ ਲੱਗਿਆ ਹੈ ਕਿ ਉਹਨਾਂ ਨੇ ਆਪਣੀ ਨੌਕਰੀ ਦੌਰਾਨ ਜਿੱਥੇ ਸਮਾਜ ਦੇ ਵਿੱਚ ਨਗਰ ਦੇ ਵਿੱਚ ਬੜੇ ਵਧੀਆ ਵਿਚਰਦੇ ਸਨ ਉੱਥੇ ਉਹਨਾਂ ਦਾ ਧਿਆਨ ਹਮੇਸ਼ਾ ਹੀ ਪਿੰਡ ਦੇ ਜੋ ਵੀ ਅਧੂਰੇ ਕਾਰਜ ਨੇ ਉਹਨਾਂ ਵੱਲ ਰਹਿੰਦਾ ਸੀ। ਪਰ ਮੈਂ ਦੇਖਿਆ ਉਹਨਾਂ ਨੇ ਨੌਕਰੀ ਦੌਰਾਨ ਹੀ ਨਗਰ ਨੇ ਫੈਸਲਾ ਕੀਤਾ ਕਿ ਵਧੀਆ ਇਨਸਾਨ ਨੇ, ਸਮਾਂ ਕੱਢ ਸਕਦੇ ਨੇ, ਗੁਰਦੁਆਰਾ ਸਾਹਿਬ ਦੀ ਸੇਵਾ ਦਾ ਉਹਨਾਂ ਨੂੰ ਸਮਾਂ ਦਿੱਤਾ, ਬੜਾ ਖੂਬੀ ਨਿਭਾਇਆ ਉਹਨਾਂ ਨੇ ਅਤੇ ਲਗਾਤਾਰ ਉਹ ਸੇਵਾ ਕਰਦੇ ਰਹੇ। ਪਰ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਐਡੀ ਵੱਡੀ ਤਬਦੀਲੀ ਦੇਖੀ ਕਿ ਕਈ ਵਾਰੀ ਜਦੋਂ ਵੱਡੇ ਵੱਡੇ ਅਹੁਦਿਆਂ ਤੋਂ ਅਫਸਰ ਰਿਟਾਇਰ ਹੁੰਦੇ ਨੇ ਤਾਂ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਜੋ ਵੀ ਅਸੀਂ ਪੂੰਜੀ ਲੈ ਕੇ ਆਈਏ ਆਪਣੇ ਬੱਚਿਆਂ ਦੇ ਲਈ ਵਰਤੀਏ, ਪਰ ਉਹਨਾਂ ਨੂੰ ਸੈਟਲ ਕਰੀਏ, ਉਹਨਾਂ ਲਈ ਕਾਰੋਬਾਰ ਕਰਕੇ ਦੇਈਏ। ਪਰ ਹਮੇਸ਼ਾ ਹੀ ਉਹਨਾਂ ਦੇ ਮਨ ਦੇ ਵਿੱਚ ਰਿਹਾ ਵੀ ਮੈਂ ਜਿੱਥੇ ਵੀ ਕੋਈ ਲੋੜਵੰਦ ਹੈ, ਜਿੱਥੇ ਵੀ ਕੋਈ ਨਗਰ ਦੇ ਵਿੱਚ ਕੰਮ ਹੈ, ਮੈਂ ਉੱਥੇ ਜ਼ਰੂਰ ਹਿੱਸਾ ਪਾਵਾਂ। ਉਹਨਾਂ ਨੇ ਭੁੱਖ ਵੀ ਪਾਇਆ। ਚਾਚਾ ਜਾਗਰ ਸਿੰਘ ਜੀ ਬਾਰੇ ਬੜਾ ਕੁਛ ਦੱਸ ਦਿੱਤਾ। ਉਹਨਾਂ ਦਾ ਇੱਕ ਲੜਕਾ ਇੱਕ ਲੜਕੀ ਨੇ ਜਿਹੜੇ ਸੈਟਲ, ਪਰ ਜਿਹੜਾ ਬਾਪ ਦਾ ਰੁਤਬਾ ਇਹ ਬਹੁਤ ਉੱਚਾ ਅਤੇ ਸੁੱਚਾ ਹੁੰਦਾ ਹੈ ਕਿ ਸਾਰੀ ਉਮਰ ਸਾਡੀ ਚਾਚੀ ਜੀ ਨੂੰ ਇਹਨਾਂ ਨੂੰ ਰਿਸ਼ਤਾ ਰਹੇਗਾ, ਕਿਉਂਕਿ ਇਹੋ ਜਿਹੇ ਬੰਦੇ ਦਾ ਚਲਿਆ ਜਾਣਾ ਪਰਿਵਾਰ ਨੂੰ ਤਾਂ ਘਾਟਾ ਹੀ ਹੈ, ਪਰ ਸਾਡੇ ਨਗਰ ਨੂੰ ਜਾਂ ਜਿਹੜੇ ਖਿਡਾਰੀ ਸੀ, ਮੈਂ ਖਿਡਾਰੀਆਂ ਦੇ ਚਲ ਹੰਝੂ ਦੇਖੇ ਨੇ। ਮੇਰਾ ਭਤੀਜਾ ਹੀ ਹੈ ਸੋਨੀ, ਜਿਹੜਾ ਲੀਡਰ ਆ ਉਹਨੂੰ ਮੋਟਰਸਾਈਕਲ ਦੇ ਕੇ ਇਹ ਚਾਚਾ ਜੀ ਨੇ ਨਵਾਜਿਆ ਸੀ। ਇੱਥੇ ਹੀ ਨਹੀਂ, ਜਿਹੜੇ ਵੀ ਟੂਰਨਾਮੈਂਟ ਜਾਂਦੇ ਸੀ, ਕਿਸੇ ਨੂੰ ਸੀਆਰੀਆਂ ਦੇਣੀਆਂ, ਕਿਸੇ ਨੂੰ ਕੋਈ ਹੋਰ ਨਾਮ ਦੇਣੇ, ਇਹਨਾਂ ਦੀ ਹਰਕਤ ਸੀ। ਬੱਚਿਆਂ ਦੀ ਖਾਤਰ ਹਰ ਸਾਲ ਸਕੂਲ 'ਚ ਵਰਦੀਆਂ ਬਣਨੀਆਂ, ਬੂਟ ਪਾਉਣੇ, ਇਹ ਕਿਤਾਬਾਂ ਬਣਨੀਆਂ, ਜਾਂ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ੀ ਵਿਆਹ ਜਾਂ ਕੋਈ ਫਸਟ ਆਉਂਦਾ ਸੀ ਉਹਨਾਂ ਨੂੰ ਟਰਾਫੀਆਂ ਸਨਮਾਨਿਆ ਜਾਂਦਾ ਸੀ। ਭੱਟਲ ਦੇ ਨਾਲ ਮੈਂ ਆਪਣੇ ਪਰਿਵਾਰ ਦੇ ਨਾਲ ਤੁਰਨਾ ਚਿਰ ਨਹੀਂ ਰਿਹਾ ਜਿੰਨਾ ਚਿਰ ਮੈਂ ਆਪਣਾ ਜੀਵਨ ਜਾਗਰ ਸਿੰਘ ਭੱਟ ਦੇ ਨਾਲ ਗੁਜ਼ਾਰਿਆ, ਕਿਉਂਕਿ ਮੈਂ 35 ਸਾਲ ਲਗਾਤਾਰ ਜਾਗਰ ਸਿੰਘ ਭੱਟ ਦੇ ਨਾਲ ਨੌਕਰੀ ਕੀਤੀ ਆ। ਅਸੀਂ ਨਿਹਾਲ ਸਿੰਘ ਵਾਲੇ ਬਹੁਤ ਸਮਾਂ ਰਹੇ ਉੱਥੇ, ਇਹਨਾਂ ਨੇ ਬਹੁਤ ਹੀ ਸਮਾਜ ਸੇਵਾ ਕੀਤੀ। ਜਿੱਥੇ ਭਾਈ ਸਾਹਿਬ ਨੇ ਇਹਨਾਂ ਨੇ ਦੱਸਿਆ ਕਿ ਨਗਰ ਦੇ ਵਿੱਚ ਪਿੰਡ ਦੇ ਵਿੱਚ ਆਪਦੇ ਬਹੁਤ ਹੀ ਇਹਨਾਂ ਸਮਾਜ ਸੇਵਕੀ ਕੰਮ ਕੀਤੇ, ਇਲਾਕੇ ਭਰ ਦੇ ਵਿੱਚ ਟੂਰਨਾਮੈਂਟ ਕਰਵਾਏ, ਵੱਡੇ ਵੱਡੇ ਉਹਨਾਂ ਦੇ ਕਾਰੋਬਾਰ ਕੀਤੇ। ਇਸੇ ਤਰ੍ਹਾਂ ਹੀ ਸਾਡੇ ਇੰਸਪੈਕਟਰ ਯੂਨੀਅਨ ਨੇ ਅਜਾਗਰ ਸਿੰਘ ਭੱਟਲ ਨੂੰ ਅਸੀਂ ਆਪਣੀ ਸਟੇਟ ਦਾ ਪ੍ਰਧਾਨ ਚੁਣਿਆ ਸੀ। ਇਹਨਾਂ ਨੇ ਆਪਣੇ ਉਸ ਸਮੇਂ ਦੇ ਦੌਰਾਨ ਬੜੇ ਆਪਣੀ ਜਥੇਬੰਦੀ ਦੇ ਨਾਲ ਸੰਘਰਸ਼ ਕੀਤਾ, ਸਰਕਾਰ ਤੋਂ ਸਾਡੀਆਂ ਹੱਕੀ ਮੰਗਾਂ ਨੂੰ ਇਹਨਾਂ ਨੇ ਲੈ ਕੇ ਦਿੱਤਾ ਅਤੇ ਸਾਨੂੰ ਹਰੇਕ ਮੁਲਾਜ਼ਮ ਨੂੰ ਲੱਖਾਂ ਰੁਪਏ ਦਾ ਫਾਇਦਾ ਹੋਇਆ। ਉਹ ਅਜਾਗਰ ਸਿੰਘ ਭੱਟਲ ਦੀ ਦੇਣ ਸੀ। ਜਿੰਨੇ ਵੀ ਸਨ ਰਿਸ਼ਤੇਦਾਰ, ਦੋਸਤ ਮਿੱਤਰ ਹੋਰ ਲੀਡਰ ਸਾਹਿਬਾਨ ਜਿੰਨੇ ਵੀ ਪਹੁੰਚੇ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਸਾਰਿਆਂ ਨੂੰ ਜੀਆਂ ਆਖਦਾ ਹਾਂ, ਕਿਉਂਕਿ ਤੁਸੀਂ ਪਰਿਵਾਰ ਦੇ ਦੁੱਖ 'ਚ ਆਏ ਹਾਂ, ਦੁੱਖ ਬਹੁਤ ਵੱਡਾ ਹੈ, ਇਸ ਨਾਲ ਪਰਿਵਾਰ ਦਾ ਦੁੱਖ
ਨਾ ਕੁਛ ਘਟੇਗਾ ਅਤੇ ਪਰਿਵਾਰ ਨੂੰ ਕੁਛ ਨਾ ਕੁਛ ਧਰਵਾਸ ਮਿਲੇਗਾ। ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਅਤੇ ਮੈਂ ਇਹ ਬੇਨਤੀ ਕਰਦਾ ਹਾਂ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਜਾਂ ਚਾਹ ਪਾਣੀ ਨਹੀਂ ਛੱਕਿਆ ਉਹਨਾਂ ਦਾ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ। ਸਾਰਿਆਂ ਦੁਆਰਾ ਫਿਰ ਸੰਗਤ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।